ਦਲ ਦੀ ਡੈਲੀਗੇਸ਼ਨ ਉਤਰਾਂਚਲ ਦੇ ਸੀ ਐਮ ਧਾਮੀ ਸਾਹਿਬ ਨੂੰ ਮਿਲੀ। ਦੋ ਵੱਡੇ ਮੁੱਦੇ ਸੀ, ਇੱਕ ਤਾਂ ਗਿਆਨ ਗੋਦਲੀ ਸਾਹਿਬ ਗੁਰਦੁਆਰਾ ਸਾਹਿਬ ਦਾ ਇਸ਼ੂ ਸੀ ਜਿਹੜਾ ਕਾਫੀ ਦੇਰ ਤੋਂ ਚੱਲ ਰਿਹਾ। ਸਿੱਖ ਕੌਮ ਦੇ ਬੜੇ ਸੈਂਟੀਮੈਂਟਸ ਜੁੜੇ ਹੈ ਉਸ ਸਥਾਨ ਨਾਲ, ਤੇ ਸੀਐਮ ਸਾਹਿਬ ਨੇ ਸਾਨੂੰ ਅਸ਼ੋਰ ਕੀਤਾ ਕਿ ਜਲਦੀ ਹੀ ਉਹ SGPC ਦੀ ਕਮੇਟੀ ਨੂੰ ਵਿਜਿਟ ਕਰਾਉਣਗੇ ਜਗ੍ਹਾ ਸਿਲੈਕਸ਼ਨ ਵਾਸਤੇ, ਤੇ ਉਹਦੇ ਬਾਅਦ ਜਲਦੀ ਜਲਦੀ ਉਹ ਫੈਸਲਾ ਕਰਕੇ ਸਿੱਖ ਕਮਿਊਨਿਟੀ ਦੀ ਜੋ ਭਾਵਨਾ ਹੈ ਉਹਨੂੰ ਪੂਰੀ ਕਰਦੇ ਹੋਏ ਉਹ ਸਥਾਨ ਜ਼ਰੂਰ ਅਲਾਟ ਕਰਨਗੇ, ਉਹ ਦੇਖ ਕੇ ਕਿ ਜਿਹੜਾ ਬੈਸਟ SGPC ਦੀ ਅਪਰੂਵਲ ਤੇ ਹੁੰਦਾ ਹੈ। ਦੂਜੀ ਗੱਲ, ਸਾਡੇ ਕੋਲ ਜਦੋਂ ਅਸੀਂ ਬਾਸਪੁਰ ਗਏ ਸੀ ਉਤਰਾਂਚਲ ਦੇ ਕਈ ਕਿਸਾਨ ਆਏ ਜਿਨ੍ਹਾਂ ਦੀ ਜ਼ਮੀਨਾਂ ਦੀ ਸਮੱਸਿਆ ਆ ਗਈ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਆ ਸਾਰਾ ਜੰਗਲ ਹੁੰਦਾ ਸੀ 50 ਸਾਲ 60 ਸਾਲ 70 ਸਾਲ ਪਹਿਲੇ। ਪੰਜਾਬ ਦੇ ਕਿਸਾਨ ਆਏ, ਜੰਗਲਾਂ ਨੂੰ ਵਾਦ ਕੀਤਾ, ਅੱਜ ਲੀਜ਼ ਤੇ ਲਿੱਤੀ ਜ਼ਮੀਨ, ਤੇ ਅੱਜ ਉਹ ਸਿਚੁਏਸ਼ਨ ਇਹ ਜੀ ਹੋ ਗਈ ਕੋਈ 70 ਸਾਲ 60 ਸਾਲ ਬਾਅਦ ਜੋ ਇਹਨਾਂ ਦੇ ਵਿੱਚ ਪ੍ਰੋਬਲਮਸ ਆ ਗਈਆਂ ਲੈਣ ਦੀਆਂ, ਉਹਨਾਂ ਦੇ ਪੱਟੇ ਖਤਮ ਹੋ ਗਏ ਜਾਂ ਕੁਛ ਹੋ ਗਿਆ, ਤੋ ਜਿਹੜੇ 70 ਸਾਲ ਵਾ ਰਹੇ ਹੈ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਉਹਨਾਂ ਨੂੰ ਉਜਾੜਿਆ ਜਾਏਗਾ। ਸੋ ਉਹ ਕਿਸਾਨ ਸਾਡੇ ਕੋਲ ਆਏ ਤੇ ਅਸੀਂ ਉਹ ਇਸ਼ੂ ਵੀ ਅਸੀਂ ਬਾਸਪੁਰ ਦੇ ਸੂਦ ਫਾਰਮ ਦਾ ਅਸੀਂ ਚੀਫ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ, ਉਹਨਾਂ ਨੇ ਬੜੀ ਵਧੀਆ ਤਰੀਕੇ ਨਾਲ ਸਾਨੂੰ ਸਾਡੀ ਉਹ ਗੱਲ ਸੁਣੀ, ਤੇ ਉਹਨੇ ਸ਼ੋਰ ਕੀਤਾ ਕਿ ਮੈਂ ਆਪ ਪਰਸਨਲੀ ਇੰਟਰਸਟ ਲੈ ਕੇ ਇਹਦਾ ਸੋਲੂਸ਼ਨ ਜ਼ਰੂਰ ਕੱਢੂੰਗਾ। ਸਰ, ਲੰਬੇ ਸਮੇਂ ਤੋਂ ਇਹ ਲੋਕ ਬੈਠੇ ਹੋਏ ਨੇ, 70 ਸਾਲ ਤੋਂ ਵੱਧ ਹੋ ਗਏ, ਇਹ ਕੋਈ ਸਾਜਿਸ਼ ਨਜ਼ਰ ਆਉਂਦੀ ਹੈ ਕਿਉਂਕਿ ਡਰੇ ਬਣੇ ਹੋਏ? ਨਹੀਂ, ਸਾਜਿਸ਼ ਦੀ ਗੱਲ ਨਹੀਂ ਹੈ, ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਜਦੋਂ ਕੇਸ ਸਾਡੇ ਕੋਲ ਆਇਆ ਆ ਸਾਰੀ ਕਮਿਊਨਿਟੀ, ਕਿਉਂਕਿ ਜਿੱਥੇ ਵੀ ਸਿੱਖ ਵਸਿਆ ਦੇਸ਼ ਵਿੱਚ ਉਹ ਆਸ ਰੱਖਦਾ ਸ਼੍ਰੋਮਣੀ ਅਕਾਲੀ ਦਲ ਦੇ, ਤੇ ਅਸੀਂ ਪਿਛਲੀ ਵਾਰ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਵੀ ਸਮੱਸਿਆ ਸੀ। ਅਸੀਂ ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਜੀ ਨੂੰ ਮਿਲੇ, ਅਸੀਂ ਉਹਨਾਂ ਨੇ ਮੈਨੂੰ ਬੜੀ ਧੰਨਵਾਦ ਕਰਨਾ, ਉਹਨਾਂ ਨੇ ਉਹ ਸਮੱਸਿਆ ਹੱਲ ਕਰ ਦਿੱਤੀ। ਸੋ ਆਹ ਸਮੱਸਿਆ ਹੁਣ, ਕਿਉਂਕਿ ਉੱਤਰ ਪ੍ਰਦੇਸ਼ ਚੋਂ ਆਹ ਸੂਬਾ ਨਿਕਲ ਗਿਆ, ਸੋ ਇਸ ਕਰਕੇ ਆਹ ਜਿਹੜੇ ਨਿਕਲਣ ਦੇ ਕਾਰਨ ਉਹ ਹੁਣ ਸਾਡੇ ਕੋਲ ਆਏ, ਤੇ ਅਸੀਂ ਉਹਨਾਂ ਨੂੰ ਡੈਲੀਗੇਸ਼ਨ ਲੈ ਕੇ ਆਏ। ਪਰ ਮੈਨੂੰ ਬੜੀ ਖੁਸ਼ੀ ਹੈ ਕਿ ਸੀਐਮ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਸਾਰੀ ਚੀਜ਼ ਸਮਝੀ, ਤੇ ਉਹ ਕਹਿੰਦੇ ਪੋਜ਼ਿਟਿਵ, ਉਹਨਾਂ ਨੇ ਕਿਹਾ ਕਮੇਟੀ ਬਣਾ ਕੇ ਉਹ ਜਲਦੀ ਕਰ ਲੈਣਗੇ। ਥੈਂਕ ਯੂ। ਇਹ ਤੁਸੀਂ ਸੁਣ